ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨੀ ਅੰਦੋਲਨ ਦੇ ਵਿੱਚ ਇੱਕ ਕੁੜੀ ਹੈ ਜਿਹਨੇ ਗੱਡੀ ਵਿੱਚ ਬੈਠੀ ਨੇ ਕੁਝ ਇਹੋ ਜਿਹੇ ਇਸ਼ਾਰੇ ਕੀਤੇ ਜਿਹੜਾ ਉੱਥੋਂ ਦੇ ਮੌਜੂਦ ਕਿਸਾਨਾਂ ਨੂੰ ਇਹ ਲੱਗਾ ਕਿ ਉਹ ਕੁੜੀ ਗਾਲੀ ਗਲੋਚ ਕਰਦੀ ਹੈ। ਉਹਦੀ ਗੱਡੀ ਰੋਕੀ ਗਈ, ਉਹਨੇ ਗਾਲਾਂ ਕੱਢੀਆਂ ਨਾ ਕੱਢੀਆਂ, ਇਹਦੇ ਨਾਲ ਕੋਈ ਬਹੁਤਾ ਮਤਲਬ ਨਹੀਂ। ਮੈਂ ਦੋ ਕੁ ਬੇਨਤੀਆਂ ਕਰਨੀਆਂ ਨੇ ਇਸ ਵਿਸ਼ੇ 'ਤੇ। ਸਿਮਰਨਜੋਤ ਸਿੰਘ ਮੱਕੜ, ਜਿਨ੍ਹਾਂ ਦਾ ਚੈਨਲ ਚੱਲਦਾ, ਪਹਿਲਾਂ ਔਨਰ ਚੱਲਦਾ ਸੀ, ਹੁਣ SMT ਕਰਕੇ ਕੋਈ ਚੈਨਲ ਚੱਲਦਾ, ਉਹਨਾਂ ਦਾ ਪੇਜ ਵੀ ਚੱਲਦਾ। ਉਹਨੇ ਉਸ ਕੁੜੀ ਨੂੰ ਫੋਨ ਲਾਇਆ, ਫੋਨ ਲਾ ਕੇ ਕੋਸ਼ਿਸ਼ ਕਰਦਾ ਕਿ ਉਹ ਕੁੜੀ ਮਾਫ਼ੀ ਮੰਗੇ। ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਉਹ ਕੁੜੀ ਨੇ ਕਿਸਾਨਾਂ ਨੂੰ ਗਾਲਾਂ ਕੱਢੀਆਂ, ਸਵਾਲ ਇਹ ਹੈ ਕਿ ਉਹ ਕੁੜੀ ਦੀ ਗੱਡੀ ਕਿਉਂ ਰੋਕੀ ਗਈ? ਨੰਬਰ 2, ਕੀ ਗਾਲਾਂ ਉਹ ਕੁੜੀ ਨੇ ਕੱਢੀਆਂ ਨੇ? ਜਿਹੜੀ ਆਡੀਓ ਦੇ ਵਿੱਚ ਮੱਕੜ ਗੱਲ ਕਰਦਾ ਉਸ ਕੁੜੀ ਦੇ ਨਾਲ, ਉਹ ਜਿਹੜੇ ਥੱਲੇ ਕਮੈਂਟ ਨੇ ਉਹਦੇ ਵਿੱਚ ਜਿੰਨੀਆਂ ਗਾਲਾਂ ਉਹ ਕੁੜੀ ਨੂੰ ਕੱਢੀਆਂ ਗਈਆਂ, ਕੀ ਉਹਨਾਂ ਸਾਰਿਆਂ ਦੇ ਨਾਲ ਮੱਕੜ ਆਡੀਓ ਕਾਲ 'ਤੇ ਗੱਲ ਕਰੂਗਾ? ਉਹਨਾਂ ਨੂੰ ਕਹਿ ਸਕਦਾ ਕਿ ਤੁਸੀਂ ਗਾਲਾਂ ਕੱਢਦੇ ਹੋ? ਗਾਲਾਂ ਇਕੱਲੀ ਕੁੜੀ ਨਹੀਂ ਕੱਢਦੀ, ਭਾਰਤ ਦੇ 70% ਲੋਕ ਤੁਹਾਨੂੰ ਗਾਲਾਂ ਕੱਢਦੇ ਨੇ ਕਿ ਤੁਸੀਂ ਇੰਡੀਆ ਦਾ, ਭਾਰਤ ਦਾ ਮਾਹੌਲ ਖਰਾਬ ਕਰ ਰਹੇ ਹੋ ਕਿਸਾਨੀ ਅੰਦੋਲਨ ਦੇ ਆੜ ਵਿੱਚ। ਇਹ ਸੱਚਾਈ ਹੈ, ਗਾਲਾਂ ਤਾਂ ਬਹੁਤ ਲੋਕ ਕੱਢਦੇ ਆ। ਮੱਕੜ ਸਾਹਿਬ ਕਿਹਦੀ ਇੰਟਰਵਿਊ ਕਰਨਗੇ? ਇੱਕ ਮੈਂ ਇੱਥੇ ਨਾਲ ਬੇਨਤੀ ਕਰਨੀ ਹੈ, ਉਹ ਕੁੜੀ ਹਿੰਦੀ ਬੋਲ ਰਹੀ ਹੈ ਅਤੇ ਸਿਮਰਜੋਤ ਮੱਕੜ ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਮੈਂ ਦਾ ਵੈਸਟ ਜਰਨਲਿਸਟ ਹਾਂ, ਮੈਨੂੰ ਇੰਗਲਿਸ਼ ਵੀ ਆਉਂਦੀ ਹੈ। ਟੁੱਟੀ ਭੱਜੀ ਜਿਹੜੀ ਬੋਲਦਾ ਅਤੇ ਉਹ ਸਭ ਪਤਾ ਲੱਗਦਾ ਕਿ ਕੋਸ਼ਿਸ਼ ਕਰ ਰਿਹਾ ਕਿ ਮੈਂ ਇੰਗਲਿਸ਼ ਜਾਣਦਾ, ਮੈਂ ਅੰਗਰੇਜ਼ੀ ਜਾਣਦਾ। ਅਤੇ ਦੂਜੇ ਪਾਸੇ ਇਹੀ ਲੋਕ ਨੇ ਜਿਹੜੇ ਕਹਿੰਦੇ ਨੇ ਪੰਜਾਬੀ ਬੋਲੋ, ਪੰਜਾਬੀ ਸਾਡੀ ਮਾਂ ਬੋਲੀ ਹੈ, ਅਤੇ ਉਹ ਕੁੜੀ ਹਿੰਦੀ 'ਚ ਗੱਲ ਕਰਦੀ ਹੈ ਅਤੇ ਆਪ ਅੰਗਰੇਜ਼ੀ ਝਾੜ ਰਿਹਾ ਜਾਣ ਬੁੱਝ ਕੇ। ਮਤਲਬ ਇਹ ਹੈ ਕਿ ਉਹ ਕੁੜੀ ਸਮਝੇ ਅਤੇ ਹੱਥ ਜੋੜ ਕੇ ਮਾਫ਼ੀ ਮੰਗੇ ਕਿ ਮੇਰੇ ਕੋਲੋਂ ਗਲਤੀ ਹੋ ਗਈ। ਜੇ ਗਲਤੀ ਮੰਗ ਵੀ ਲਓ, ਮੰਨ ਲਓ ਗੱਲ, ਕਿ ਫਿਰ ਤੁਸੀਂ ਮੋਦੀ ਨੂੰ ਹਰਾ ਦਿਓਗੇ? ਕਿ ਫਿਰ ਤੁਸੀਂ ਕਿਸਾਨੀ ਅੰਦੋਲਨ ਜਿੱਤ ਲਓਗੇ? ਜੇ ਕੁੜੀ ਗਲਤੀ ਮੰਨ ਵੀ ਲੈਂਦੀ ਹੈ, ਮੰਨ ਲਓ ਗੱਲ, ਅਸੀਂ ਕਿੱਥੇ ਖੜ੍ਹੇ ਹਾਂ? ਮੈਂ ਇੱਥੇ ਇੱਕ ਬੇਨਤੀ ਹੋਰ ਕਰ ਰਹੀ ਹਾਂ। ਕਈ ਸੋਸ਼ਲ ਮੀਡੀਆ ਚਲਾਉਣ ਵਾਲੇ ਜਿਹੜੇ ਖੱਚ ਭੇਡਾਂ ਕਤੀੜਾਂ ਨੇ ਨਾ, ਉਹ ਇਹ ਚਾਹੁੰਦੀਆਂ ਨੇ ਕਿ ਅਸੀਂ ਇਸ ਅੰਦੋਲਨ ਦੇ ਵਿੱਚ ਹੀਰੋ ਬਣੀਏ, ਸਾਨੂੰ ਲੋਕ ਜਾਣਨ, ਲੋਕ ਕਹਿਣ ਕਿ ਕਿਸਾਨੀ ਧਰਨੇ ਲਈ, ਅੰਦੋਲਨ ਲਈ ਬਹੁਤ ਵੱਡੀ ਗੱਲ ਕੀਤੀ ਹੈ ਇਸ ਪੱਤਰਕਾਰ ਨੇ ਅਤੇ ਇਸ ਸੋਸ਼ਲ ਮੀਡੀਆ 'ਤੇ ਕੰਮ ਕਰਨ ਵਾਲੇ, ਇਹ ਪੇਜ ਜਿਹੜਾ ਫੇਸਬੁੱਕ 'ਤੇ ਪੇਜ ਹੈ, ਇਹਨੇ ਵਧੀਆ ਗੱਲ ਕੀਤੀ ਹੈ ਵੀ ਲੋਕ ਸਾਨੂੰ ਇੱਦਾਂ ਕਹਿਣ, ਇਹ ਕਹਿਣ ਦੀ ਕੋਸ਼ਿਸ਼ ਕਰਦੇ ਆ। ਮੈਂ ਇੱਕ ਬੇਨਤੀ ਕਰਦਾ, ਜਿਹੜੇ ਬੰਦੇ ਆਮ ਸੜਕ 'ਤੇ ਜਾ ਰਹੇ ਨੇ, ਉਹਨਾਂ ਬੰਦਿਆਂ ਨੂੰ ਰੋਕਣ ਦਾ ਮਤਲਬ ਹੀ ਕੋਈ ਨਹੀਂ। ਕਿਉਂ ਰੋਕਿਆ ਜਾ ਰਿਹਾ ਬਈ?
ਉਹ ਕੁੜੀ ਤਾਂ ਚਲੋ ਸ਼ੀਸ਼ੇ ਬੰਦ ਸੀ, ਤੁਹਾਨੂੰ ਗਾਲਾਂ ਕੱਢਦੀਆਂ, ਅਤੇ ਜਿਹੜੇ ਬੰਦੇ ਅੰਦਰ ਗਾਲਾਂ ਕੱਢਦੇ ਨੇ ਮਨ ਕਰਕੇ, ਆਹੀ ਹੈ ਵੀ ਉਹ ਮੂੰਹ ਤੋਂ ਬੋਲਦੇ ਨਹੀਂ, ਬੜਾ ਕੁਛ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਉਹਨਾਂ ਲਈ ਕੀ ਕਰੋਗੇ? ਫਿਰ ਉਹਨਾਂ ਲਈ ਅਰਦਾਸਾਂ ਸ਼ੁਰੂ ਕਰ ਦਿਓ। ਇਹਦਾ ਬੇੜਾ ਬਹਿ ਜੇ, ਰੱਬ ਇਹਦਾ ਕੱਖ ਨਾ ਰਹੇ, ਰੱਬ ਇਹਦਾ ਬੇੜਾ ਗਰਕ ਕਰ ਦੇ, ਫਿਰ ਇਹੋ ਜਿਹਾ ਕੁਛ ਕਹੋਗੇ ਤੁਸੀਂ? ਹੋਰ ਕੀ ਕਹਿਣਾ? ਮੈਂ ਇਹ ਬੇਨਤੀ ਤਾਂ ਕੀਤੀ ਹੈ ਕਿ ਉਹ ਕੁੜੀ ਦੇ ਨਾਲ ਜਿਹੜੀ ਗੱਲਬਾਤ ਸਿਮਰਜੋਤ ਮੱਕੜ ਨੇ ਕੀਤੀ ਹੈ ਨਾ, ਆਪਣੇ ਆਪ ਨੂੰ ਇੱਕ ਆਗੂ ਬਣ ਕੇ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਵੀ ਮੈਨੂੰ ਪੰਜਾਬ ਦੇ ਜਿਹੜੇ ਲੋਕ ਨੇ, ਕਿਸਾਨ ਨੇ, ਉਹ ਇਹ ਕਹਿਣ ਵੀ ਇਹ ਸਭ ਤੋਂ ਵਧੀਆ ਪੱਤਰਕਾਰ ਹੈ ਜਿਹੜਾ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ, ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਪਰ ਕੀ ਮੱਕੜ ਸਾਹਿਬ ਸਾਡੀਆਂ ਕਰਤੂਤਾਂ ਦਾ ਲੋਕਾਂ ਨੂੰ ਪਤਾ ਨਹੀਂ? ਅਸੀਂ ਕਹਿਣਾ ਕੀ ਚਾਹੁੰਦੇ ਹਾਂ? ਤੁਹਾਨੂੰ ਇਹ ਨਹੀਂ ਪਤਾ ਕਿ ਇਲੈਕਸ਼ਨ ਸਿਰ 'ਤੇ ਹੈ, ਇਹ ਅੰਦੋਲਨ ਛੇੜਿਆ ਕਿਉਂ ਗਿਆ? ਕਿਹਦੇ ਬਾਰੇ ਕੁਛ ਬੋਲਣਾ ਨਹੀਂ ਚਾਹੁੰਦੇ? ਫਿਰ ਇਹ ਦੱਸੋ, ਕਰਿੰਦੇ ਕਿਹਦੇ ਬਣੇ ਹੋਏ ਹੋ? ਚਮਚੇ ਕਿਹਦੇ ਬਣ ਕੇ ਗੱਲ ਕਰ ਰਹੇ ਹੋ? ਇਹ ਵੀ ਸਾਬਤ ਕਰੋ ਨਾ। ਵਾਰ ਵਾਰ ਉਹ ਕੁੜੀ ਨੂੰ ਇੰਗਲਿਸ਼ ਝਾੜ ਕੇ ਇਹ ਕਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇੱਕ ਵਾਰੀ ਉਹ ਕੁੜੀ ਆਪਣੀ ਮੂੰਹ ਤੋਂ ਕਹਿ ਦੇ ਵੀ ਸੌਰੀ ਜੀ ਮੇਰੇ ਕੋਲ ਗਲਤੀ ਹੋ ਗਈ। ਚਲੋ ਜੇ ਕੁੜੀ ਗਲਤੀ ਮੰਨ ਵੀ ਲਉ, ਕੀ ਫਿਰ ਤੁਸੀਂ ਅੰਦੋਲਨ ਜਿੱਤ ਲਿਆ, ਮੋਦੀ ਨੂੰ ਹਰਾ ਤਾ, ਫਿਰ MSP ਮਿਲ ਗਈ ਤੁਹਾਨੂੰ? ਗੱਲ ਕੀ ਹੈ, ਕਿੱਧਰ ਘੁਮਾਈ ਜਾਂਦੇ ਨੇ ਉਹ ਭਰਾਵੋ। ਇਕੱਲੀ ਕੁੜੀ ਨਹੀਂ, ਤੁਹਾਨੂੰ ਭਾਰਤ ਦੇ 70% ਲੋਕ ਗਾਲਾਂ ਕੱਢਦੇ ਨੇ ਜਿਹੜੇ ਸੜਕਾਂ 'ਤੇ ਲੋਕਾਂ ਨੂੰ ਰੋਕ ਕੇ ਪਰੇਸ਼ਾਨ ਕਰਦੇ ਹੋ। ਭਾਰਤ ਬੰਦ ਦੀ ਕਾਲ ਦਿੱਤੀ ਸੀ ਇਹਨਾਂ ਨੇ 16 ਫਰਵਰੀ ਦੀ। ਇੱਕ ਭੁੱਚੋ ਮੰਡੀ ਦਾ ਰੇਹੜੀ ਲਾਉਣ ਵਾਲਾ, ਚਾਹ ਦੀ ਦੁਕਾਨ ਕਰਨ ਵਾਲਾ ਇੱਕ ਮਜ਼ਦੂਰ ਸਾਹਮਣੇ ਆ ਕੇ ਬਿਲਕਦਾ। ਉਹ ਕਹਿੰਦਾ ਸਾਡਾ ਕੀ ਕਸੂਰ ਸੀ, ਭਾਰਤ ਬੰਦ ਕੀਤਾ, ਤੁਸੀਂ ਕਾਲ ਦਿੱਤੀ। ਕਹਿੰਦਾ ਮੈਂ 400-500 ਰੁਪਈਆ ਇਹ ਚਾਹ ਲੋਕਾਂ ਨੂੰ ਵੇਚ ਕੇ, ਚਾਹ ਦੀ ਦੁਕਾਨ ਹੈ, ਫਿਰ ਆਪਣੇ ਬੱਚੇ ਪਾਲਦਾ। ਕਹਿੰਦਾ ਮੈਂ ਕਿੱਥੋਂ ਲੈ ਕੇ ਆਵਾਂ 400 ਰੁਪਈਆ, ਅੱਜ ਮੇਰੀ ਦੁਕਾਨ ਬੰਦ ਹੈ। ਅਤੇ ਉਹਨੇ ਤੁਹਾਨੂੰ ਫੁੱਲ ਪਾਏ ਹੋਣੇ, ਉਹਨੇ ਤੁਹਾਡੇ ਲਈ ਅਰਦਾਸ ਕੀਤੀ ਹੋਣੀ ਹੈ ਵੀ ਕਿਸਾਨ ਚੜ੍ਹਦੀ ਕਲਾ ਵਿੱਚ ਰਹਿਣ, ਉਹਨੇ ਗਾਲਾਂ ਕੱਢੀਆਂ ਹੋਣੇ ਟਕਾ ਟਕਾ ਕੇ ਨਾਲੇ। ਬਸ ਇੰਨਾ ਕੀ ਹੈ ਕਿ ਉਹ ਬੋਲਿਆ ਨਹੀਂ ਵਿਚਾਰਾ, ਅੰਦਰ ਉਹਦੇ ਕੀ ਚੱਲਦਾ। ਬਹੁਤ ਬੰਦੇ ਮੈਨੂੰ ਵੀ ਕਹਿੰਦੇ ਨੇ ਕਿ ਤੁਸੀਂ ਕਿਸਾਨਾਂ ਦੇ ਅੰਦੋਲਨ ਦੇ ਵਿਰੋਧ ਵਿੱਚ ਹੋ। ਬਿਲਕੁਲ ਨਹੀਂ, ਜੇ ਕਿਸਾਨੀ ਅੰਦੋਲਨ ਤੁਸੀਂ ਆਰੰਭ ਕੀਤਾ, ਉਹਦਾ ਕੋਈ ਰੋਡ ਮੈਪ, ਉਹਦੀ ਕੋਈ ਰੂਪ ਰੇਖਾ, ਉਹਦਾ ਕੋਈ ਟਾਈਮ, ਉਹਦੇ ਨਾਲ ਗੱਲਬਾਤ ਕਿੱਦਾਂ ਕਰਨੀ ਹੈ, ਇਹ ਕਿਸੇ ਨੇ ਕਦੇ ਸੋਚਿਆ? ਇਹ ਤਾਂ ਸ਼ਰੇਆਮ ਪਤਾ ਵੀ ਇਲੈਕਸ਼ਨ ਦੇ ਲਈ ਇਹ ਸਭ ਕੁਝ ਹੋ ਰਿਹਾ, ਸ਼ਰੇਆਮ ਪਤਾ। ਅਤੇ ਜੇ ਮੱਕੜ ਵਰਗੇ ਇਹੋ ਜਿਹੇ ਪੱਤਰਕਾਰ ਇਹੋ ਜਿਹੀਆਂ ਘਟੀਆਂ ਹਰਕਤਾਂ ਕਰਕੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦੇ ਆ ਕਿ ਸਾਨੂੰ ਲੋਕ ਕਹਿਣ ਵਧੀਆ ਪੱਤਰਕਾਰ ਹੈ, ਮੈਂ ਕਹਿੰਦਾ ਇਹ ਸਭ ਤੋਂ ਭੈੜੀ ਪੱਤਰਕਾਰੀ, ਸਭ ਤੋਂ ਘਟੀਆ ਦਰਜੇ ਦੀ ਕਰਤੂਤ ਮੱਕੜ ਨੇ ਕੀਤੀ ਹੈ ਉਹ ਕੁੜੀ ਨਾਲ ਆਡੀਓ ਕਾਲ 'ਤੇ ਗੱਲਬਾਤ ਕਰਕੇ। ਮੈਂ ਫਿਰ ਕਹਿ ਦਿੰਦਾ, 3 ਵਾਰੀ ਇਹ ਤੋਂ ਪਹਿਲਾਂ ਕਹਿਤਾ, 4ਵੀਂ ਵਾਰੀ ਕਹਿਣ ਲੱਗਾ,
ਉਹ ਕੁੜੀ ਮੰਨ ਲਓ ਇਹ ਕਹਿ ਦੇ ਕਿ ਮੇਰੇ ਕੋਲੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ। ਜੇ ਉਹ ਕੁੜੀ ਹੱਥ ਜੋੜ ਕੇ ਕਹਿ ਦੇ, ਪਹਿਲੀ ਗੱਲ ਤਾਂ ਉਹ ਆਪਣੀ ਜਿੱਦ 'ਤੇ ਅੜੀ ਹੋਈ ਹੈ, ਉਹਨੇ ਮੱਕੜ ਦੀ ਐਸੀ ਤਹਿ ਲਾਈ ਹੈ, ਉਹ ਗੱਲ 'ਤੇ ਆ ਹੀ ਨਹੀਂ ਰਹੀ। ਉਹ ਕਹਿੰਦੀ ਨਹੀਂ, ਮੈਂ ਆਪਣੀ ਥਾਂ 'ਤੇ ਸਹੀ ਹਾਂ ਜੀ, ਮੇਰਾ ਰਵੱਈਆ ਕੀ ਸੀ, ਕਿਸਾਨਾਂ ਦਾ ਰਵੱਈਆ ਕੀ ਸੀ, ਉਹ ਅੜੀ ਖੜੀ ਹੈ। ਪਰ ਮੱਕੜ ਸਾਹਿਬ ਜ਼ੋਰ ਲਾਉਂਦੇ ਆ ਪੂਰਾ ਵੀ ਸ਼ਾਇਦ ਇੱਕ ਅੱਧੀ ਵਾਰੀ ਉਹ ਕਹਿ ਦੇ ਅਤੇ ਮੈਂ ਫਿਰ ਉਹ ਕਲਿੱਪ ਬਣਾ ਕੇ ਚਾੜ ਦਿਆਂ ਫੇਸਬੁੱਕ 'ਤੇ, ਵੀ ਆਹ ਦੇਖੋ ਮੱਕੜ ਸਾਹਿਬ ਨੇ ਉਹ ਕੁੜੀ ਤੋਂ ਮਾਫ਼ੀ ਮੰਗਵਾ ਲਈ। ਤੁਹਾਡੀ ਆਹੀ ਕਰਤੂਤ ਹੈ ਨਾ। ਜੇ ਉਹ ਕੁੜੀ ਕਹਿ ਦੇਵੇ ਵੀ ਹਾਂ, ਫਿਰ ਕੀ ਹੋਊ? ਫਿਰ ਮੈਨੂੰ ਲੱਗਦਾ ਵੀ ਮੋਦੀ ਚੱਲ ਕੇ ਆਓ ਜੋੜੇ ਲਾ ਕੇ ਤੁਹਾਡੇ ਕੋਲ, ਵੀ ਜਾਓ ਘਰਾਂ ਨੂੰ, MSP ਦੇ ਦਿੱਤੀ ਤੁਹਾਨੂੰ 23 ਫਸਲਾਂ 'ਤੇ, ਸ਼ਾਇਦ ਇਹੀ ਕਹਾਉਣਾ ਚਾਹੁੰਦੇ ਹੋ। ਇਹ ਭੁੱਲ ਜਾਓ, ਇਹ ਕਦੇ ਨਹੀਂ ਹੁੰਦਾ। ਮੈਂ ਅੱਜ ਨਾ ਗੱਲ ਕਹਿਣ ਲੱਗਾ, ਬਹੁਤ ਕੌੜੀ ਲੱਗਣੀ ਹੈ ਔਰ ਮਿਰਚਾਂ ਵੀ ਲੱਗਣਗੀਆਂ। ਜਿਹੜਾ ਬੰਦਾ ਗੁਜਰਾਤ ਦਾ 3 ਵਾਰੀ ਮੁੱਖ ਮੰਤਰੀ ਬਣਿਆ ਹੋਵੇ ਅਤੇ ਦੂਜੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਹੋਵੇ, ਤੀਜੀ ਵਾਰ ਫਿਰ ਬਣਨ ਦੀ ਤਿਆਰੀ ਕਰ ਰਿਹਾ, ਉਸ ਬੰਦੇ ਨੂੰ ਤੁਸੀਂ ਕੀ ਸਮਝਦੇ ਹੋ? ਵੀ ਉਹਦੇ ਕੋਲ ਅਕਲ ਨਹੀਂ ਹੈਗੀ? ਜਾਓ ਤੁਹਾਡੇ ਵਰਗਾ ਬੂਝੜ ਹੈ, ਤੁਹਾਡੇ ਵਰਗਾ ਬੇਵਕੂਫ ਹੈ ਵੀ ਤੁਹਾਡੇ ਨਾਲ ਆ ਕੇ ਚਰਚਾ ਕਰੇ, ਕੀ ਸਮਝਦੇ ਹੋ ਤੁਸੀਂ? ਪਰ ਸਾਡੀ ਜਿਹੜੀ ਅਕਲ ਹੈ ਉਹ ਤਕਰੀਬਨ ਜਦੋਂ ਚੱਜ ਦੀ ਕੋਈ ਗੱਲ ਕਰਦਾ ਹੋਵੇ ਉਦੋਂ ਘਾਹ ਚਰਨ ਜਾਂਦੀ ਹੈ ਜਾਂ ਪੱਠੇ ਚਰਨ ਜਾਂਦੀ ਹੈ, ਇੱਕੋ ਹੀ ਸ਼ਬਦ ਹੈ। ਮੈਂ ਬੇਨਤੀ ਤਾਂ ਕੀਤੀ ਹੈ, ਜੇ ਵਾਕਈ ਤੁਸੀਂ ਇਹ ਕਹਿੰਦੇ ਹੋ ਕਿ ਕਿਸਾਨੀ ਅੰਦੋਲਨ ਦਾ ਅਸੀਂ ਸਾਥ ਦੇ ਰਹੇ ਹਾਂ, ਕਿਸਾਨੀ ਅੰਦੋਲਨ ਸਹੀ ਹੈ, ਫਿਰ ਕੋਈ ਢੰਗ ਤਰੀਕੇ ਨਾਲ ਗੱਲ ਕਰੋ। ਅਤੇ ਮੀਡੀਆ ਬਹੁਤ ਵੱਡਾ ਪਲੇਟਫਾਰਮ ਹੈ, ਲੋਕ ਗੱਲ ਸੁਣਦੇ ਨੇ, ਪਰ ਜਦੋਂ ਬਾਜੀ ਪੁੱਠੀ ਪੈਂਦੀ ਹੈ ਨਾ ਤਾਂ ਫਿਰ ਕੈਮਰੇ ਵੀ ਟੁੱਟਦੇ ਹੁੰਦੇ ਨੇ ਅਤੇ ਫਿਰ ਮਾਫ਼ੀ ਮੰਗਣੀ ਪੈਂਦੀ ਹੈ, ਫਿਰ ਪੱਗਾਂ ਵੀ ਲਹਿੰਦੀਆਂ ਨੇ, ਫਿਰ ਜਾਨਵਰ ਕੇ ਨੂੰ ਉਛਾਲਿਆ ਜਾਂਦਾ, ਘੁੰਮ ਧੱਕਾ ਕਰਦੀ ਹੈ, ਫਿਰ ਸਾਡਾ ਚੈਨਲ ਬੰਦ ਹੁੰਦਾ, ਫਿਰ ਸਾਡਾ ਇੰਸਟਾਗ੍ਰਾਮ ਬੰਦ ਕਰ ਦਿੱਤਾ, ਜਾਣੀ ਕਿ ਫਿਰ ਇਹ ਬਾਅਦ ਵਿੱਚ ਡਰਾਮੇ ਕਰਨੇ ਪੈਂਦੇ ਆ। ਮੈਂ ਬੇਨਤੀ ਕਰਦਾ, ਜੇ ਪੱਤਰਕਾਰੀ ਕਰਨੀ ਆ ਨਾ, ਕੋਈ ਪੱਖ ਲੈ ਕੇ ਆਓ ਕਿ ਸਰਕਾਰ ਕੀ ਚਾਹੁੰਦੀ ਹੈ, ਕਿਸਾਨ ਕੀ ਚਾਹੁੰਦੇ ਨੇ, ਇਹ ਦੋਨੋਂ ਗੱਲਾਂ ਜੇ ਪਾਸੇ ਵੀ ਕਰਦੇ ਹੋ, ਤੁਸੀਂ ਪਹਿਲਾਂ ਇਹ ਦੱਸੋ ਵੀ ਜਿਹੜਾ ਇਹ ਅੰਦੋਲਨ ਹੈ ਇਲੈਕਸ਼ਨ ਆਉਣ ਤੋਂ ਪਹਿਲਾਂ 3 ਮਹੀਨੇ ਕਿਉਂ ਸ਼ੁਰੂ ਕੀਤਾ ਗਿਆ, ਅਸਲ ਕਾਰਨ ਕੀ ਹੈ, ਦੱਸ ਸਕਦੇ ਹੋ ਤੁਸੀਂ? ਨਹੀਂ ਦੱਸਣਾ, ਇਹ ਤਾਂ ਮੈਕ ਫੜ ਕੇ ਉਹਨਾਂ ਮੂਹਰੇ ਕਰਨਾ ਜਿਹਨਾਂ ਨੂੰ ਇਲ ਤੋਂ ਕਢਾਉਂਦਾ ਨਹੀਂ। ਕੋਈ ਕਹਿੰਦਾ ਮੈਂ ਲੱਤਾਂ ਤੋੜ ਦੂੰ, ਕੋਈ ਕਹਿੰਦਾ ਮੈਂ ਫੌਜ ਦੇ ਤੀਰ ਮਾਰੂੰ, ਕੋਈ ਕਹਿੰਦਾ ਮੈਂ ਅੱਗ ਲਾ ਦੂੰ, ਕੋਈ ਕਹਿੰਦਾ ਮੈਂ ਖਾਲਿਸਤਾਨ ਬਣਾ ਦੂੰ, ਕਿਸੇ ਨੇ ਕਹਿਤਾ ਮੋਦੀ ਨੂੰ ਮਾਰ ਦਿਆਂਗੇ, ਸਰਿਆਮ ਕਹੀ ਜਾਂਦੇ ਲੋਕ, ਮੋਦੀ ਮਰਿਆ ਲਿਓ, ਇਹ ਗੱਲਾਂ ਤੁਸੀਂ ਵੈਲ ਕਰਨੀਆਂ ਹੁੰਦੀਆਂ ਨੇ, ਬਸ ਹੋਰ ਤੁਹਾਡੇ ਕੋਲ ਗੱਲਬਾਤ ਹੈ ਨਹੀਂ ਕੋਈ, ਸੱਚਾਈ ਹੈ ਇਹ। ਇਹ ਕੌਣ ਕਹਿ ਰਿਹਾ? ਬੂਟਾ ਸਿੰਘ। ਅਤੇ ਬੂਟਾ ਸਿੰਘ ਤੁਹਾਡੇ ਸਾਹਮਣੇ ਕੁਛ ਵੀ ਹੈ ਨਹੀਂ, ਇਹ ਤਾਂ ਤੁਸੀਂ ਮੰਨਦੇ ਹੀ ਹੋ, ਪਰ ਜਦੋਂ ਸੁਣੋਗੇ ਨਾ ਅਤੇ ਹੱਥ ਧੋਣ ਤੋਂ ਬਾਅਦ ਵਿੱਚ ਸਾਬਣ ਨਾਲ ਤੇਲ ਲਾਉਣਾ ਜ਼ਰੂਰੀ ਹੈ ਅਤੇ ਨਹੀਂ ਮਿਰਚਾਂ ਦੀ ਕੁੜੱਤਣ ਜਾਣੀ ਨਹੀਂ, ਕਿਤੇ ਪੁੱਠੇ ਸਿੱਧੇ ਥਾਂ 'ਤੇ ਹੱਥ ਨਾ ਲਾ ਬੈਠਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।